ਪਹਿਲਾਂ ਮੇਰੇ ਖਿਆਲ ਕਿ ਅਸੀਂ ਮੈਨੂੰ ਸਾਨੂੰ ਬਹੁਤ ਵੱਡਾ ਮਾਣ ਹੈ ਗੱਲ ਚ ਅਸੀਂ ਉਹਨਾਂ ਨੂੰ ਗੁਰੂ ਬਣਾਇਆ ਦਾ ਜੀ ਮੇਰੇ ਖਿਆਲ ਤੂੰ ਵੱਡਾ ਮਾਣ ਹੀ ਨਹੀਂ ਹੋ ਸਕਦਾ ਪਹਿਲੀ ਗੱਲ ਦਾ ਦੂਜੀ ਗੱਲ ਇਹ ਹੈ ਜੀ ਬਾਕੀ ਮੈਂ ਨਹੀਂ ਕਰਦਾ ਜਮੇਰ ਜੀ ਨੂੰ ਦੁਨੀਆ ਬਣਦੀ ਹੋਵੇ ਉਹ ਤਾਂ ਮੈਨੂੰ ਨਹੀਂ ਪਊਗਾ ਜੀ ਸਾਨੂੰ ਇਹ ਗੱਲ ਦਾ ਮਾਣ ਹੈ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਸਾਨੂੰ ਸਰੋਤਿਆਂ ਦਾ ਜਿਹੜਾ ਪਿਆਰ ਹੈ ਉਹ ਵੀ ਮਨਾ ਮੂਹੀ ਮਿਲਿਆ ਦੇਸ਼ ਵਿਦੇਸ਼ ਹਰ ਪਿੰਡ ਸ਼ਹਿਰ ਚੋਂ ਸਾਨੂੰ ਹਰ ਕੰਟਰੀ ਚੋਂ ਫੋਨ ਤੇ ਸਾਡਾ ਹੌਸਲਾ ਵੱਧਦਾ ਜਦੋਂ ਬਹੁਤ ਖੁਸ਼ੀ ਹੁੰਦੀ ਹੈ ਜੀ ਵੀ ਲੱਕੜ ਨਾਲ ਲੋਹਾ ਕਰਕੇ ਇਹ ਜੀ ਕਈ ਵਾਰੀ ਤਰਾ ਚੜਾ ਜੇ ਹੁੰਦੇ ਰਹੇ ਵੈਸੇ ਤਾਂ ਬਚਪਨ ਤੇ ਸ਼ੌਂਕ ਸੀ ਮੈਨੂੰ ਧੂਣੀ ਤਬੀ ਵਜਾਉਣ ਦਾ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਲਿਖਣ ਦਾ ਸ਼ੌਂਕ ਪਿਆ ਫਿਰ ਕਲਾਕਾਰ ਦੇ ਗੇੜੇ ਗੁੜੇ ਕੱਢੇ ਵੀ ਕਿਸੇ ਨੇ ਨਾ ਕਰਿਆ ਫਿਰ ਆਪ ਵੀ ਆਪ ਹੀ ਦੇਖ ਦੂ ਹੱਥ ਮੇਰੇ ਯਾਦ ਰਹੂ ਇਹ ਗੱਲ ਕਿਉਂਕਿ ਅਸੀਂ ਜਿਮੀਦਾਰਾ ਪਰਿਵਾਰ ਚੋਂ ਜੀ ਮੇਰੇ ਬਾਪੂ ਜੀ ਕਾਫੀ ਮਸ਼ਹੂਰ ਸੀਗੇ ਉਹਨੇ 3 ਸਾਲ ਮੈਨੂੰ ਮਤਲਬ ਕੰਜਰ ਕਹਿ ਕੇ ਮੇਰਾ ਪਤਾ ਕੱਟਦਾ ਸੀ ਵੀ ਇਹ ਕੰਜਰਾਂ ਦਾ ਕਿੱਤਾ ਕਰਨ ਲੱਗ ਗਿਆ ਜੱਟ ਨੇ ਇਹ ਕੰਮ ਕਰਦੇ ਹੁੰਦੇ ਠੀਕ ਹੈ ਜੀ ਫਿਰ ਜਦੋਂ ਚੰਗੇ ਲੋਕ ਆਪਣੇ ਘਰੇ ਆਉਣ ਲੱਗ ਗਏ ਮਤਲਬ ਉਹਨੇ ਦੇਖਿਆ ਵੀ ਨਹੀਂ ਯਾਰ ਇਹੋ ਜਿਹੀ ਗੱਲ ਨੀ ਵਧੀਆ ਸਤਿਕਾਰ ਹੈ ਫਿਰ ਦੁਬਾਰਾ ਬੋਲਣ ਲੱਗੇ ਸੀ ਅੱਛਾ ਪਹਿਲਾਂ ਨਹੀਂ ਗਾਉਂਦੇ ਸੀ ਇਹਨਾਂ ਨਾਲ ਹੀ ਗਾਉਣ ਇਹਨਾਂ ਨੇ ਸਿਖਾਇਆ ਹੀ ਗਾਉਣ ਅੱਛਾ 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 ਫਿਰ ਤੁਸੀਂ ਬਈ ਇਹ ਸੋਚ ਲਿਆ ਵੀ ਬਾਹਰ ਕਰੂ ਕਰਨਾ ਵੀ ਇਹਨਾਂ ਨੂੰ ਸਿਖਾ ਦਿੰਦੇ ਆ ਵੀ ਇਹੀ ਤੁਹਾਡੇ ਨਾਲ ਸਾਥ ਦੇਣਗੇ ਨਾ ਪੂਰਾ ਨਹੀਂ ਜੀ ਪਹਿਲਾਂ ਮੈਂ ਗਾਉਣ ਪਹਿਲਾਂ ਲੱਗਿਆ ਸੀ ਮੇਰੀ 1-2 ਟੇਪਾਂ ਵੀ ਆਈਆਂ ਨੇ ਪਹਿਲਾਂ ਹੋਰ ਕੁੜੀਆਂ ਨਾਲ ਦਰਅਸਲ ਜਿਹੜੀ ਦੁਗਾਣਾ ਗਾਇਕੀ ਹੈ ਇਹ ਪੱਕੇ ਸੈੱਟ ਤੋਂ ਬਿਨਾਂ ਕਦੇ ਕਾਮਯਾਬ ਨਹੀਂ ਹੋਈ ਠੀਕ ਹੈ ਕਿਉਂਕਿ ਜਿਹੜੀ ਤਿਆਰੀ ਅਸੀਂ ਦਿਨ ਰਾਤ ਕਰਨੀ ਹੈ ਕਿ ਤੂੰ ਵੀ ਟਾਈਮ ਕੱਢ ਕੇ ਕਰ ਸਕਦੇ ਆ ਉਹ ਬਗਾਨੀ ਕੁੜੀ ਆਉਂਦੀ ਆ ਜੇ 10 ਗੀਤ ਸਿਖਾਏ 5 ਸਿੱਖਦੀ 5 ਭੁੱਲ ਜਾਂਦੀ ਫਿਰ ਉਹਦੇ ਨਾਲ ਤਾਂ ਉਹ ਜੀ ਰਿਜ਼ਲਟ ਆਉਣਾ ਉਹੀ ਗੱਲ ਨਹੀਂ ਬਣਦੀ ਇਸ ਕਰਕੇ ਵੀ ਨਹੀਂ ਕਾਮਯਾਬ ਹੋ ਸਕੇ ਜਿਹੜੀ ਤਿਆਰੀ ਸਾਡੀ ਹੋਣਾ ਹੈ ਹੁਣ ਇੰਨੀ ਕੁ ਤਿਆਰੀ ਹੈ ਵੀ ਬਿਨਾਂ ਕਾਪੀ ਦੇਖੇ ਅਸੀਂ ਗਾਉਣਾ ਇੱਕ ਤਾਂ ਮਾਲਕ ਦੀ ਕਿਰਪਾ ਹੈ ਦੂਜੀ ਗੱਲ ਜੇ ਇੱਕ ਪਿੰਡ 'ਚ ਲਗਾਤਾਰ ਵੀ 5 ਦਿਨ ਗਾ ਦਈਏ ਜਿਹੜੇ ਗੀਤ ਅੱਜ ਗਾ ਦਈਏ ਤਾਂ ਅਗਲੇ ਦਿਨ ਉਹ ਨਹੀਂ ਗਾਵਾਂਗੇ ਇੰਨਾ ਕੁ ਸਤਿ ਸ਼੍ਰੀ ਅਕਾਲ ਜੀ ਮੈਂ ਬਲਵਿੰਦਰ ਸਿੰਘ ਧਾਲੀਵਾਲ ਤੁਸੀਂ ਦੇਖ ਰਹੇ ਹੋ LBS ਨਿਊਜ਼ TV ਦੋਸਤੋ ਅੱਜ ਅਸੀਂ ਖੜ੍ਹੇ ਹਾਂ ਮਾਨਸਾ ਦੇ ਵਿੱਚ ਜਿੱਥੇ ਮੇਰੇ ਨਾਲ ਮੌਜੂਦ ਨੇਗੇ ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬੀ ਲੋਕ ਗਾਇਕ ਬਾਈ ਸੁਖਮਿੰਦਰ ਚਹਿਲ ਜੀ ਅਤੇ ਇਹਨਾਂ ਦੇ ਨਾਲ ਸਾਡੀ ਭੈਣ ਬੀਬਾ ਨਿਰਮਲ ਨਿੰਮੇ ਜੀ ਸਾਡੇ ਨਾਲ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਪਰਿਵਾਰਕ ਗੱਲਾਂ ਕਰਾਂਗੇ ਇਹਨਾਂ ਨਾਲ ਵੀ ਜਿਹੜਾ ਅੱਜ ਦਾ ਗਾਇਕੀ ਦਾ ਦੌਰ ਹੈ ਉਹ ਜਿਹੜੇ ਹੁਣ ਦੇ ਧੂਮ ਧੜੱਕੇ ਦਾ ਇੱਕ ਦੌਰ ਹੈਗਾ ਉਹਦੇ ਨਾਲੋਂ ਕਿੰਨਾ ਕੁ ਡਿਫਰੈਂਸ ਹੈ ਕਿੰਨਾ ਕੁ ਵੱਖਰਾ ਹੈਗਾ ਕਿੰਨਾ ਕੁ ਫਰਕ ਹੈਗਾ ਸੁਖਮਿੰਦਰ ਜੀ ਤੁਹਾਡਾ LBS ਨਿਊਜ਼ 'ਤੇ ਸਵਾਗਤ ਹੈ ਜੀ ਅਸੀਂ ਵੀ ਤੁਹਾਡੀ ਪੂਰੀ ਟੀਮ ਦਾ LBS ਦਾ ਸਵਾਗਤ ਕਰਦੇ ਹਾਂ ਜੀ ਜਿਉਂ ਆਇਆ ਜਿਵੇਂ ਕਹਿੰਦੇ ਨੇ ਕੀੜੀ ਦੇ ਘਰ ਨੂੰ ਰਹਿਣਾ ਹੈ ਜੀ ਬਹੁਤ ਸ਼ੁਕਰੀਆ ਜੀ ਕੀਮਤੀ ਸਮੇਂ ਤੋਂ ਕਿਉਂਕਿ ਕਲਾਕਾਰ ਦੀ ਇੱਕ ਰੱਬ ਵੀ ਕਹਿ ਸਕਦਾ ਮੈਂ ਕਿਉਂਕਿ ਜਿਹੜੇ ਚੈਨਲ ਨੇ ਪੱਤਰਕਾਰ ਨੇ ਨਿਊਜ਼ ਹੈ ਕੋਈ ਵੀ ਜੇ ਉਹ ਸਾਨੂੰ ਪਬਲਿਕ ਤੱਕ ਸਾਡਾ ਸੁਨੇਹਾ ਪਹੁੰਚਦਾ ਜੀ ਜੀ ਠੀਕ ਹੈ ਜੀ ਤਾਂ ਸਾਡੀ ਜਾਣ ਪਹਿਚਾਣ ਵੱਧਦੀ ਹੈ ਅਸੀਂ ਫਿਰ ਤੋਂ ਸਵਾਗਤ ਕਰਦੇ ਹਾਂ ਜੀ ਤੁਹਾਡੀ ਸੁਖਮਿੰਦਰ ਵੀਰ ਜੀ ਮੈਂ ਨਾ ਮੇਰਾ ਇੱਕ ਆਪਾਂ ਸਿੱਧਾ ਸਿੱਧਾ ਸਵਾਲ ਹੈਗਾ ਵੀ ਜਿਹੜੀ ਹੁਣ ਦੀ ਗਾਇਕੀ ਆ ਜੀ ਤੇ ਤੁਹਾਡੇ ਵੇਲੇ ਦੀ ਗਾਇਕੀ ਹੈ ਪਰ ਤੁਸੀਂ ਜਿਵੇਂ ਬਾਈ ਅਮਰ ਚਮਕੀਲੇ ਜੀ ਨੂੰ ਜਿਹੜਾ ਅਮਰੀ ਨੇਗੇ ਸੱਚੀ ਮੁੱਚੀ ਅਮਰੀ ਨੇਗੇ ਤੁਸੀਂ ਉਹਨਾਂ ਨੂੰ ਫੋਲੋ ਕਰਦੇ ਹੋ ਉਹਨਾਂ ਦਾ ਗੈਟਅਪ ਲੈਂਦੇ ਹੋ ਤੇ ਉਹਨਾਂ ਦੀਆਂ ਗੱਲਾਂ ਕਰਦੇ ਹੋ ਉਹਨਾਂ ਦੇ ਗੀਤ ਗਾਉਂਦੇ ਹੋ ਤੇ ਹੁਣ ਹਰ ਇੱਕ ਤੁਸੀਂ ਆਪਾਂ ਕਹਿ ਸਕਦੇ ਹਾਂ ਵੀ ਤੋਰ ਖੜਨ ਬਹਿਣ ਉੱਠਣ ਤੁਹਾਡਾ ਬਾਈ ਚਮਕੀਲੇ ਵਾਲਾ ਜਿਹਨੂੰ ਦੁਨੀਆਂ ਤੇ ਕੋਈ ਮਤਲਬ ਨਹੀਂ ਵਸਾ ਸਕਿਆ ਉਹ ਪਹਿਲਾਂ ਵੀ ਅਮਰ ਸੀ ਤੇ ਹੁਣ ਵੀ ਅਮਰੀ ਹੈ ਤੇ ਮੈਂ ਗੱਲ ਕਰਦਾ ਵੀ ਬਾਈ ਚਮਕੀਲੇ ਦਾ ਵੀ ਜਿਵੇਂ ਤੁਸੀਂ ਬਾਈ ਚਮਕੀਲੇ ਦੇ ਗੀਤ ਗਾਉਂਦੇ ਹੋ ਇਕੱਲਾ ਬਾਈ ਚਮਕੀਲੇ ਨੂੰ ਜ਼ਿਆਦਾ ਤੁਸੀਂ ਪ੍ਰਮੋਟ ਕਰਦੇ ਹੋ ਸਾਡਾ ਗੈਟਅਪ ਵੀ ਸਾਡਾ ਚਮਕੀਲੇ ਵਾਲੇ ਆ ਤੁਸੀਂ ਦੇਖਣ ਨੂੰ ਲੱਗਦੇ ਵੀ ਚਮਕੀਲੇ ਵਰਗੇ ਤੇ ਤੁਹਾਨੂੰ ਕਿਵੇਂ ਲੱਗਦਾ ਵੀ ਤੁਹਾਨੂੰ ਚਮਕੀਲੇ ਦਾ ਰੂਪ ਲੈ ਕੇ ਤੇ ਸਾਡੇ ਮਨ ਨੂੰ ਕਿੰਨੀ ਕੁ ਸ਼ਾਂਤੀ ਮਿਲੀ ਆ ਮੈਂ ਪਹਿਲਾਂ ਮੇਰੇ ਖਿਆਲ ਕਿਹਾ ਸੀ ਮੈਨੂੰ ਸਾਨੂੰ ਬਹੁਤ ਵੱਡਾ ਮਾਣ ਹੈ ਗੱਲ 'ਚ ਅਸੀਂ ਉਹਨਾਂ ਨੂੰ ਗੁਰੂ ਬਣਾਇਆ ਦਾ ਜੀ ਮੇਰੇ ਖਿਆਲ ਤੂੰ ਵੱਡਾ ਮਾਣ ਹੀ ਨਹੀਂ ਹੋ ਸਕਦਾ ਪਹਿਲੀ ਗੱਲ ਦਾ ਦੂਜੀ ਗੱਲ ਇਹ ਹੈ ਜੀ ਬਾਕੀ ਮੈਂ ਨਹੀਂ ਕਰਦਾ ਜਮੇਰ ਜੀ ਨੂੰ ਦੁਨੀਆ ਬਣਦੀ ਹੋਵੇ ਉਹ ਤਾਂ ਮੈਨੂੰ ਨਹੀਂ ਪਊਗਾ ਜੀ ਸਾਨੂੰ ਇਹ ਗੱਲ ਦਾ ਮਾਣ ਹੈ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਸਾਨੂੰ ਸਰੋਤਿਆਂ ਦਾ ਜਿਹੜਾ ਪਿਆਰ ਹੈ ਉਹ ਵੀ ਮਨਾ ਮੂਹੀ ਮਿਲਿਆ ਦੇਸ਼ ਵਿਦੇਸ਼ ਹਰ ਪਿੰਡ ਸ਼ਹਿਰ ਚੋਂ ਸਾਨੂੰ ਹਰ ਕੰਟਰੀ ਚੋਂ ਫੋਨ ਤੇ ਸਾਡਾ ਹੌਸਲਾ ਵੱਧਦਾ ਜਦੋਂ ਬਹੁਤ ਖੁਸ਼ੀ ਹੁੰਦੀ ਹੈ ਜੀ ਵੀ ਲੱਕੜ ਨਾਲ ਲੋਹਾ ਕਰ ਗਿਆ ਨਹੀਂ ਸਾਨੂੰ ਪੁੱਛਣਾ ਤੇ ਉਹਨਾਂ ਦੇ ਨਾਮ ਨਾਲ ਬਿਲਕੁਲ ਚਾਹ ਸਾਹਿਬ ਇੱਕ ਮੈਂ ਸਭ ਤੋਂ ਵੱਡੀ ਗੱਲ ਕਰਦਾ ਵੀ ਜਿਵੇਂ ਤੁਹਾਡਾ ਗਾਇਕੀ ਦਾ ਦੌਰ ਹੈਗਾ ਤੁਸੀਂ ਕਿਹੜੇ ਸੰਦ ਵਿੱਚ ਗਾਇਕੀ ਹੈ ਜਿਹੜੀ ਸ਼ੁਰੂ ਕੀਤੀ ਸੀਗੀ ਇਹ ਜੀ ਕਈ ਵਾਰੀ ਤਰਾ ਚੜਾ ਜੇ ਹੁੰਦੇ ਰਹੇ ਵੈਸੇ ਤਾਂ ਬਚਪਨ ਤੇ ਸ਼ੌਂਕ ਸੀ ਮੈਨੂੰ ਧੂਣੀ ਤਬੀ ਵਜਾਉਣ ਦਾ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਲਿਖਣ ਦਾ ਸ਼ੌਂਕ ਪਿਆ ਫਿਰ ਕਲਾਕਾਰ ਦੇ ਗੇੜੇ ਗੁੜੇ ਕੱਢੇ ਵੀ ਕਿਸੇ ਨੇ ਨਾ ਕਰਿਆ ਫਿਰ ਆਪ ਵੀ ਆਪ ਹੀ ਦੇਖ ਦੂ ਹੱਥ
घरे फिर किसी ने डंडा नहीं खिंचा भी बहुत वधिया गल करी मेरे याद रहू यही गल क्योंकि असी जिमीदार परिवार चो जी मेरे बापू जी काफी मशहूर सी उन्हें 3 साल मेनू मतलब कंजर कह के मेरा पता कटता सी भी ये कंजरां दा किता करन लग गया जट ने ये कम करते हुंदे ठीक है जी। फिर जदों चंगे लोग अपने घरे आउण लग गए मतलब उन्हें देखिया भी नहीं यार इहदी गल नहीं वधिया सत्कार है फिर दोबारा बोलण लगे सी। अच्छा असा सोनू देणी गायकी शुरू करने वेले 3 साल प्यो दे नाम बुलाउण दा संताप भोगना पिया है ना यही कह सकदे आपां बिल्कुल। असा दूजी गल ये है कि भी साडी साडी भैण भी थोड़े नाल पूरा साथ दे रही है की गल तुसीं भैणे पहले ही गाउंदे सीगे जां सोनू मतलब इन्हां दे नाल ही आ के गाउण दा काम नहीं पहला नहीं गाउंदे सी इन्हां नाल ही गाउण असा इन्हां नाल इन्हां ने सिखाया ही गाउण। अच्छा 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 फिर तुसीं भई ऐ सोच लिया भी ਬਾਹਰ ਕਰੂੰ ਕਰਨਾ ਵੀ ਇਹਨਾਂ ਨੂੰ ਸਿਖਾ ਦਿੰਦੇ ਆ ਵੀ ਇਹੀ ਤੁਹਾਡੇ ਨਾਲ ਸਾਥ ਦੇਣਗੇ ਨਾ ਪੂਰਾ। ਨਹੀਂ ਜੀ ਪਹਿਲਾਂ ਮੈਂ ਗਾਉਣ ਪਹਿਲਾਂ ਲੱਗਿਆ ਸੀ ਜੀ 1-2 ਟੇਪਾਂ ਵੀ ਆਈਆਂ ਨੇ ਪਹਿਲਾਂ ਹੋਰ ਕੁੜੀਆਂ ਨਾਲ ਦਰਅਸਲ ਜਿਹੜੀ ਦੁਗਾਣਾ ਗਾਇਕੀ ਹੈ ਇਹ ਪੱਕੇ ਸੈੱਟ ਤੋਂ ਬਿਨਾਂ ਕਦੇ ਕਾਮਯਾਬ ਨਹੀਂ ਹੋਈ ਠੀਕ ਹੈ ਕਿਉਂਕਿ ਜਿਹੜੀ ਤਿਆਰੀ ਅਸੀਂ ਦਿਨ ਰਾਤ ਕਰਨੀ ਹੈ ਕਿ ਤੂੰ ਵੀ ਟਾਈਮ ਕੱਢ ਕੇ ਕਰ ਸਕਦੇ ਹੈ ਉਹ ਬਗਾਨੀ ਕੁੜੀ ਆਉਂਦੀ ਆ ਜੇ 10 ਗੀਤ ਸਿਖਾਏ 5 ਸਿੱਖਦੀ 5 ਭੁੱਲ ਜਾਂਦੀ ਫਿਰ ਉਹਦੇ ਨਾਲ ਤਾਂ ਉਹ ਜੀ ਰਿਜ਼ਲਟ ਆਉਣਾ ਉਹੀ ਗੱਲ ਨਹੀਂ ਬਣਦੀ ਇਸ ਕਰਕੇ ਵੀ ਨਹੀਂ ਕਾਮਯਾਬ ਹੋ ਸਕੇ ਜਿਹੜੀ ਤਿਆਰੀ ਸਾਡੀ ਹੁਣ ਇੰਨੀ ਕੁ ਤਿਆਰੀ ਹੈ ਵੀ ਬਿਨਾਂ ਕਾਪੀ ਦੇਖੇ ਅਸੀਂ ਗਾਉਣਾ ਇੱਕ ਤਾਂ ਮਾਲਕ ਦੀ ਕਿਰਪਾ ਹੈ ਦੂਜੀ ਗੱਲ ਜੇ ਇੱਕ ਪਿੰਡ 'ਚ ਲਗਾਤਾਰ ਵੀ 5 ਦਿਨ ਗਾ ਦਈਏ ਜਿਹੜੇ ਗੀਤ ਅੱਜ ਗਾ ਦਈਏ ਤਾਂ ਅਗਲੇ ਦਿਨ ਉਹ ਨਹੀਂ ਗਾਵਾਂਗੇ ਇੰਨਾ ਕੁ ਸਾਡੀ ਤਿਆਰੀ ਹੈਗੀ। ਅੱਛਾ ਚਾਹ ਸਾਹਿਬ ਜਿਵੇਂ ਤੁਹਾਡੇ ਮੂੰਹ ਜਮਾਨੀ ਕਿੰਨੇ ਕੁ ਗਾਣੇ ਤੁਹਾਡੇ ਆਈਡੀਆ ਹੋਵੇਗਾ ਇਹ ਨਹੀਂ ਯਾਦ ਵੀ ਕਿੰਨੇ ਕੁ ਹੋਣਗੇ ਅਸਾਂ ਅਣਗਿਣਤੀ ਨੇ ਟਾਈਮ ਦਾ 3.5 ਘੰਟੇ ਜੀ 4 ਘੰਟੇ ਜੇ ਲਗਾਤਾਰ ਅਸੀਂ ਖੜੀ ਗਾਈ ਚੱਲੀਏ ਹਾਂ ਕਿ ਮਤਲਬ ਨਵੇਂ ਤੋਂ ਨਵਾਂ ਗੀਤ ਬਲਕਿ ਅਸੀਂ ਕਈ ਵਾਰੀ ਸਰੋਤਿਆਂ ਨੂੰ ਕਹਿਣਾ ਪੈਂਦਾ ਉਹ ਜਦੋਂ ਜਾਣੇ ਕਹਿੰਦੇ ਆ ਵੀ ਆਹ ਉਦਾਸ ਕਹਿੰਦਾ ਯਾਰ ਸਾਨੂੰ ਗਾਉਣਗੇ ਸਾਰੇ ਗੀਤ ਕਿ ਇਹਨਾਂ ਦਾ ਪੂਰੇ ਕਰ ਲਵੇ ਪਰ ਹਜੇ ਤਾਈ ਹੋਏ ਨਹੀਂ ਚਾਰ ਘੰਟੇ ਲਗਾਤਾਰ ਵੀ ਗਾ ਕੇ ਦੇਖ ਲਿਆ ਸੀ ਮਤਲਬ ਵੀ ਅੱਧ ਪਚਾਤੀ ਗਾਇਆ ਜਾਂਦਾ ਜਿੰਨੇ ਕੁ ਸਾਡੀ ਯਾਦ ਨੇ। ਓਕੇ ਓਕੇ ਅੱਛਾ ਇੱਕ ਆਪਾਂ ਕਹਿੰਦੇ ਵੀ ਇੱਕ ਇੰਪੋਰਟੈਂਟ ਗੱਲ ਹੈਗੀ ਜਿਵੇਂ ਤੁਹਾਨੂੰ ਤੁੰਬੀ ਦਾ ਸ਼ੌਂਕ ਪੈ ਗਿਆ ਤੇ ਕਈ ਲੋਕ ਕੋਈ ਹਾਰਮੋਨੀਅਮ ਦੇ ਨਾਲ ਗਾਉਂਦਾ ਹੈ ਕੋਈ ਤੁਹਾਨੂੰ ਤੁਸੀਂ ਤੁੰਬੀ ਵੀ ਜ਼ਿਆਦਾ ਕਿਉਂ ਚੁਣੀ ਹੈਗੀ ਵੀ ਮੈਨੂੰ ਨਹੀਂ ਹਾਰਮੋਨੀਅਮ ਮੈਨੂੰ ਆਉਂਦਾ ਜੀ ਮੇਰੇ ਖਾਣ ਪੀਣ ਜੋਗਰਾ ਆਉਂਦਾ ਅੱਛਾ ਵੱਧ ਨਹੀਂ ਥੋੜ੍ਹੀ ਘਣੀ ਸੁਰਤਾਲ ਦੀ ਵੀ ਨੌਲੇਜ ਹੈ ਇਹੀ ਗੱਲ ਨਹੀਂ ਤੁੰਬੀ ਮੈਂ ਕਾਫੀ ਸਟੂਡੀਓ 'ਚ ਵੀ ਪਲੇ ਕਰ ਚੁੱਕਿਆ ਹੋਰਾਂ ਦੇ ਨਾਲ ਵੀ ਆਪਦੇ ਵੀ ਗੀਤਾਂ 'ਚ ਮੈਂ ਖੁਦ ਪਲੇ ਕਰੀਏ ਪਹਿਲੀਆਂ ਕੈਸਟਾਂ ਤੋਂ ਬਿਨਾਂ ਤੇ ਤੁੰਬੀ ਦਾ ਜਿਹੜਾ ਸਾਜ਼ ਹੈ ਅਸਲ 'ਚ ਇਹ ਗੱਲ ਤੁਸੀਂ ਕਰੀ ਬਹੁਤ ਡੂੰਘਾ ਸਵਾਲ ਹੈ ਸ਼ਾਇਦ ਇੱਕ ਤਾਰਾ ਇਹਦਾ ਨਾਮ ਹੈ ਨਾ ਇੱਕ ਤਾਰਾ ਬਦਲ ਕੇ ਪਹਿਲਾਂ ਜਦੋਂ ਕੋਈ ਭਗਤੀ ਕਰਦੇ ਸੀ ਇੱਕ ਤਾਰੇ ਨਾਲ ਹੀ ਅਸਲੀ ਲਿਵ ਲੱਗਦੀ ਹੈ ਇੱਕ ਤਾਰਾ ਇਹ ਹੈ ਕਈ ਵਾਰੀ ਤਾਂ ਜਦੋਂ ਸੱਭਿਆਚਾਰ ਤੇ ਵੀ ਸਾਦੇ ਨੇ ਪਹਿਲਾਂ ਜ਼ਿਆਦਾਤਰ ਟਾਈਮ ਸਾਨੂੰ ਦੇ ਦਿੰਦੇ ਨੇ ਵੀ ਜਦੋਂ ਕੇਰਾ ਇਹਨੂੰ ਖੜਕਾਤਾ ਜਿੱਥੇ ਜਿੱਥੇ ਪੰਜਾਬੀ ਬੈਠਾ ਪੰਜਾਬੀ ਦੇ ਖੂਨ 'ਚ ਰਲੀ ਹੋਈ ਹੈ ਇਹਦੀ ਤਾਰ ਦੀ ਜਿਹੜੀ ਟਣਕਾਰ। ਅੱਛਾ ਚਾਰ ਸਾਹਿਬ ਇੱਕ ਹੁਣ ਤੱਕ ਤੁਸੀਂ ਕਿੰਨੀਆਂ ਕੁ ਜਿਹੜੀਆਂ ਵੀਡੀਓ ਆਪਣੇ ਕੈਸਟਾਂ ਨੇਗੀਆਂ ਉਹ ਗਾ ਚੁੱਕੇ ਕਿੰਨੀਆਂ ਕੈਸਟਾਂ ਦਾ ਇਹ ਸਾਡੀਆਂ 5 ਕੁ ਰਿਲੀਜ਼ ਹੋਈਆਂ ਨੇ ਕਿਹੜੀਆਂ ਜ਼ਿਆਦਾਤਰ ਪਾਪੂਲਰ ਸੀ ਸਭ ਤੋਂ ਪਹਿਲਾਂ ਸ਼ਗਨਾਂ ਦੀ ਫੁਲਕਾਰੀ ਹੋਈ ਸੀ ਕਮਰਤ ਕੰਪਨੀ ਸੀ ਫਿਰ ਗੋਲ ਅੰਗ ਮੇਰੇ ਮਿੱਤਰਾ ਬਹੁਤ ਟੇਪ ਚੱਲੀ ਸੀ ਅਪਹਾਰ ਕੰਪਨੀ ਸੀ ਮੋੜ ਦੀ ਫਿਰ ਜੈਟ ਕੰਪਨੀ ਵੀ ਆਪਣੀ ਨਾਮਵਰ ਕੰਪਨੀ ਰਹੀ ਹੈ ਜਿਹਦੇ ਜਿਹੜੇ ਕਈ ਫਿਲਮਾਂ ਵੀ ਰਿਲੀਜ਼ ਕਰੀਆਂ ਨੇ ਉਹ ਵੀ ਮਾਣ ਵਾਲੀ ਗੱਲ ਸੀ ਨਾਉਂ ਸੀ ਉਸ ਵੇਲੇ ਜੈਟ ਕੰਪਨੀ 'ਚ ਸਾਡਾ ਆਇਆ ਸੀ ਯੂਪੀ ਦੇ ਭਈਏ ਨਾਲ ਉਹ ਗੀਤ ਵੀ ਸਾਡਾ ਫ੍ਰੀ ਸਾਰੇ ਚੈਨਲਾਂ ਤੇ ਹੋਇਆ ਹੋਇਆ ਜਦਕਿ ਪੈਸੇ ਲੈ ਕੇ ਹੋਰ ਕਲਾਕਾਰ ਚਲਾਉਂਦੇ। ਅੱਛਾ ਤੇ ਜਿਹੜਾ ਤੁਹਾਨੂੰ ਉਦੋਂ ਕੈਸਟਾਂ ਦੇ ਵਿੱਚ ਜਿਹੜਾ ਚੱਲੇ ਹੋਏ ਗੀਤ ਸੀਗੇ ਉਹਨਾਂ ਦੇ ਵਿੱਚੋਂ ਕੋਈ ਇਹੋ ਜਿਹਾ ਗੀਤ ਹੈਗਾ ਵੀ ਜਿਹੜਾ ਤੁਹਾਡੇ ਦਿਲ ਦੇ ਉੱਤੇ ਹੁਣ ਵੀ ਰਾਜ ਕਰਦਾ ਹੋਵੇ ਲੋਕਾਂ ਦੇ ਮਨਾਂ ਤੇ ਰਾਜ ਕਰਦਾ ਹੋਵੇ ਜਿਹੜਾ ਮਤਲਬ ਆਪਾਂ ਕਹਿ ਲਈ ਵੀ ਗੀਤ ਹੀ ਅਮਰ ਹੋ ਗਿਆ ਜਿਹਨੇ ਜਿਹਨੇ ਦਾ ਰਾਜ ਕਰਦਾ ਹੈ ਜੀ ਪਰ ਦੇਖੋ ਮੈਨੂੰ ਮੇਰੀ ਗਾਇਕੀ ਪਹਿਲੇ ਉਹ ਨਹੀਂ ਪਸੰਦ ਮੈਂ ਮਤਲਬ ਉਹਨੂੰ ਚੇਂਜ ਕਰ ਲਿਆ ਗਾਇਕੀ ਨੂੰ ਕਹਿਣ ਤੋਂ ਭਾਵ ਤਾਂ ਇਹ ਹੈ ਵੀ ਕਈ ਵਾਰੀ ਇਹੋ ਜਿਹਾ ਗੀਤ ਕੋਈ ਤੁਹਾਡੇ ਪਸੰਦ ਆਉਂਦਾ ਹੈਗਾ ਇੱਕ ਜਿਹੜੇ ਲੋਕ ਸੁਣਦੇ ਹੁੰਦੇ ਸੀ 5-5 ਵਾਰੀ ਸੁਣਦੇ ਕਹਿਣ ਤੋਂ ਭਾਵ ਤਾਂ ਇਹ ਹੈ ਵੀ ਜਿਹੜੇ ਨੇ ਬਾਈ ਨੂੰ ਚਹਿਲ ਨੂੰ ਪੰਜਾਬੀ ਲੋਕ ਗਾਇਕ ਦਾ ਨਾਮ ਦਿੱਤਾ ਲੋਕ ਗਾਇਕ ਬਣਾਤਾ ਉਹ ਸੁਣਾਵਾਂ ਉਹ ਸੁਣਾ ਦੇਣਾ ਕਿ ਦਿਓਰ ਭਰਜਾਈ ਦਾ ਗੀਤ ਸੀ ਬੜਾ ਹੀ ਉਹ 'ਚ ਸਾਰੀ ਸ਼ਬਦਾਵਲੀ ਨਵੀਂ ਸੀ ਗਰਮੇਲ ਭਿੱਖੀ ਮੇਰਾ ਦੋਸਤ ਹੈ ਵੀਰ ਹੈ ਛੋਟਾ ਉਹਨੂੰ ਇਹ ਗੀਤ ਲਿਖਿਆ ਸੀ ਉਹ ਸੁਣਾਉਣੇ ਤੁਹਾਨੂੰ ਗੀਤ ਮੈਂ ਸਮਝਾਉਂਦੀ ਥੱਕ ਗਈ ਤੂੰ ਇੱਕ ਨਾ ਮੰਨੀ ਵੇ ਗਿੱਟੇ ਗੋਡੇ ਕੂਣੀਆਂ ਤੇ ਫਿਰ ਪੱਟੀਆਂ ਬੰਨੀ ਵੇ ਤੈਨੂੰ ਚੜਿਆ ਰਹਿੰਦਾ ਸੀ ਇਸ਼ਕੇ ਦਾ ਰੰਗ ਦਿਓਰਾ ਤੈਨੂੰ ਚੜਿਆ ਰਹਿੰਦਾ ਸੀ ਇਸ਼ਕੇ ਦਾ ਰੰਗ ਦਿਓਰਾ ਕੀਨੇ ਕੁੱਟ ਕੁੱਟ ਲਾਤੀ ਤੇਰੀ ਦੱਸਦੇ ਕੰਜ ਦਿਓਰਾ ਕੀਨੇ ਕੁੱਟ ਕੁੱਟ ਲਾਤੀ ਤੇਰੀ ਦੱਸਦੇ ਕੰਜ ਦਿਓਰਾ ਉਹ
पुछना भाभी मेरे नाल ता होई जेड़ी नी ओ पुछना भाभी मेरे नाल ता होई जेड़ी नी मैं मशूक दी गली दे विच गया पावन सी फेरी नी भाई जद ओना दे घर गया बिजली गई सी भज कुड़े मैं जद ओना दे घर गया बिजली गई सी भज कुड़े मैं कुरली कोले बह गया उत्ते चढ़ गई मज कुड़े कुरली कोले बह गया उत्ते चढ़ गई मज कुड़े मज ने एनिया सत्ता तेरे किवें मारिया वे ਛੱਲਿਆ ਵਾਲੀਆਂ ਬੋਧੀਆਂ ਤੇਰੀਆਂ ਪੰਜਾਂ ਖਿਲਾਰੀਆਂ ਵੇ ਛੱਲਿਆ ਵਾਲੀਆਂ ਬੋਧੀਆਂ ਤੇਰੀਆਂ ਪੰਜਾਂ ਖਿਲਾਰੀਆਂ ਵੇ ਮੈਨੂੰ ਬੁੱਧੂ ਸਮਝੇ ਆਪ ਤੂੰ ਬਣੇ ਸਿਆਣਾ ਵੇ ਸੱਚੋ ਸੱਚ ਮੈਨੂੰ ਦੱਸ ਦੇ ਆ ਕੀ ਵਰਤੇ ਪਾਣਾ ਵੇ ਸੱਚੋ ਸੱਚ ਮੈਨੂੰ ਦੱਸ ਦੇ ਆ ਕੀ ਵਰਤੇ ਪਾਣਾ ਵੇ ਉਹ ਤੇਰੇ ਮੱਝ ਨੇ ਪੈਰ ਪੈਰ ਤੇ ਨਿਕਲੀ ਚਾਂਗ ਕੁੜੇ ਤੇਰੇ ਮੱਝ ਨੇ ਪੈਰ ਪੈਰ ਤੇ ਨਿਕਲੀ ਚਾਂਗ ਕੁੜੇ ਇਹਨਾਂ ਨੂੰ ਉਹਦਾ ਬਾਪੂ ਸੀ ਚੱਕ ਲਿਆਇਆ ਡਾਂਗ ਕੁੜੇ ਬਈ ਇਹਨਾਂ ਨੂੰ ਉਹਦਾ ਬਾਪੂ ਸੀ ਚੱਕ ਲਿਆਇਆ ਡਾਂਗ ਕੁੜੇ ਮੈਨੂੰ ਕਹਿੰਦਾ ਦੱਸ ਤੂੰ ਕਿਹੜਾ ਇੱਥੇ ਕੀ ਟੋਲਦਾ ਓਏ ਮਾਰੀ ਮਾਰਾਂ ਵਿੱਚ ਡਾਂਗ ਜ਼ਾਲਿਆ ਮੱਝ ਖੋਲਦਾ ਓਏ ਮਾਰੀ ਮਾਰਾਂ ਵਿੱਚ ਡਾਂਗ ਤੂੰ ਚੋਰਾ ਮੱਝ ਖੋਲਦਾ ਓਏ ਭਿੱਖੀ ਵਾਲਿਆ ਹੁਣ ਕਿਉਂ ਰੋਣਾ ਅੱਖੀਆਂ ਭਰ ਭਰ ਕੇ ਦੇ ਕੁੜਿਆਂ ਨੂੰ ਸੇਕ ਤੂੰ ਲੋਗੜ ਤੱਤਾ ਕਰ ਕਰਕੇ ਦੇ ਕੁੜਿਆਂ ਨੂੰ ਸੇਕ ਤੂੰ ਲੋਗੜ ਤੱਤਾ ਕਰ ਕਰਕੇ ਆਪਣੇ ਆਪ ਨੂੰ ਬੰਦਾ ਸੀ ਤੂੰ ਵੱਡਾ ਬੈਲੀ ਵੇ ਆਪਣੇ ਆਪ ਨੂੰ ਬੰਦਾ ਸੀ ਤੂੰ ਵੱਡਾ ਬੈਲੀ ਵੇ ਪਿੰਡ ਵਿੱਚ ਗਹਿਰੇ ਦਿੰਦਾ ਸੀ ਨਿੱਤ ਪੀ ਕੇ ਥੈਲੀ ਵੇ ਪਿੰਡ ਵਿੱਚ ਗਹਿਰੇ ਦਿੰਦਾ ਸੀ ਨਿੱਤ ਪੀ ਕੇ ਥੈਲੀ ਵੇ ਓ ਠੱਠੇ ਚੋਟੇ ਆਸ਼ਿਕ ਨਾ ਕਦੇ ਗੌਲਣ ਸੱਟਾ ਨੀ ਠੱਠੇ ਚੋਟੇ ਆਸ਼ਿਕ ਨਾ ਕਦੇ ਗੌਲਣ ਸੱਟਾ ਨੀ ਓ ਚਹਿਲ ਨੂੰ ਭਾਬੀ ਲੋੜ ਨਹੀਂ ਦੇ ਹੋਰ ਨੂੰ ਮੱਤਾ ਨੀ ਆ ਚਹਿਲ ਨੂੰ ਭਾਬੀ ਲੋੜ ਨਹੀਂ ਦੇ ਹੋਰ ਨੂੰ ਮੱਤਾ ਨੀ ਓ ਤੂੰ ਤਾਂ ਨਾਲੇ ਜਾਣਦੀ ਆ ਮੈਂ ਕਿੰਨਾ ਪਹਿਰਾ ਨੀ ਤੂੰ ਤਾਂ ਨਾਲੇ ਜਾਣਦੀ ਆ ਮੈਂ ਕਿੰਨਾ ਪਹਿਰਾ ਨੀ ਉਸ ਗਲੀ ਵਿੱਚ ਰੱਖਣਾ ਮੈਂ ਗੇੜੇ ਤੇ ਗੇੜਾ ਨੀ ਕਿਹਨੇ ਕੁੱਟ ਕੁੱਟ ਲਾਤੀ ਤੇਰੀ ਦੱਸ ਦੇ ਕੰਜ ਦਿਓੜਾ ਮੈਂ ਖੁਰਲੀ ਕੋਲੇ ਬਹਿ ਗਿਆ ਉੱਤੇ ਚੜ ਗਈ ਮੱਝ ਕੁੜੇ ਇਹ ਕਮੇਟੀ ਜਿਹਾ ਗੀਤ ਸੀਗਾ ਜੀ ਮਤਲਬ ਬੜਾ ਪਸੰਦ ਕਰਦੇ ਲੋਕ ਇਹਨੂੰ ਮੇਰਾ ਗੱਲ ਵੀ ਪੰਜ ਪੰਜ ਵਾਰੀ ਵੀ ਇਹ ਸਟੇਜ ਤੇ ਲਾਉਂਦੇ ਰਹੇ ਆ ਜੀ ਅੱਛਾ ਬਾਕੀ ਇਹ ਲੋਕ ਹੈ ਗੀਤ ਹੀ ਹੈ ਇਹ ਕਿਉਂਕਿ ਹਰ ਇੱਕ ਘਰ ਦੀ ਗੱਲ ਹੈ ਗੱਲ ਹੈ ਜੀ ਹਰ ਇੱਕ ਘਰ ਦੀ ਗੱਲ ਹੈ ਵੀ ਜਿਹੜੀ ਆਪਾਂ ਕਹਿ ਸਕਦੇ ਹਾਂ ਵੀ ਆਮ ਘਰਾਂ ਦੇ ਵਿੱਚ ਇਹ ਵਰਤੋਂ ਵਰਤੇਗਾ ਚੱਲ ਰਿਹਾ ਹੈਗਾ ਪੇਂਡੂ ਜੀ ਕਹਾਣੀਆਂ ਜਿਹਦੇ ਵਿੱਚ ਆਮ ਦਿਓਰ ਭਰਜਾਈ ਦੀ ਜਿਹੜੀ ਨੋਕ ਝੋਕ ਹੈ ਇਹਦੇ ਵਿੱਚ ਚੱਲ ਰਹੀ ਹੈ ਬਹੁਤ ਵਧੀਆ ਹੈਗਾ ਜਿਹੜੇ ਇਹ ਕੀ ਹੈ ਅੱਜ ਦੇ ਸੱਭਿਆਚਾਰ ਦੇ ਵਿੱਚ ਇਹ ਜਿਹੜੇ ਇਹੋ ਜਿਹੇ ਗੀਤ ਨੇ ਉਹ ਅਲੋਪ ਹੋ ਚੁੱਕੇ ਨੇ ਹੁਣ ਕੀ ਆ ਜਿਹੜਾ ਧੂਮ ਧੜਾਕਾ ਜਿਹਦੇ ਕੁਛ ਪਤਾ ਹੀ ਨਹੀਂ ਲੱਗਦਾ ਵੀ ਕਹਿੰਦਾ ਕੀ ਹੈ ਤੇ ਸੁਣਨਾ ਕੀ ਹੈ ਤੇ ਗਾਉਣਾ ਕੀ ਹੈ ਉਹ ਬੰਦਾ ਇਹਦੇ ਵਿੱਚ ਇਕੱਲੇ ਡੀਜੇ ਦੇ ਵਿੱਚ ਹੀ ਇੰਨਾ ਹੁੰਦਾ ਸਾਊਂਡ ਸਿਸਟਮ ਬਸ ਕਰਾ ਸਾਊਂਡ ਹੀ ਹੁੰਦਾ ਕਲਾਕਾਰੀ ਦੀ ਆਵਾਜ਼ ਆਉਂਦੀ ਹੋ ਨਹੀਂ ਅੱਗੇ ਜਿਹੜਾ ਜਿਵੇਂ ਹੁਣ ਤੁਸੀਂ ਸਮਝਦੇ ਹੋ ਅੱਗੇ ਸਿੱਧਾ ਲਾਈਵ ਪ੍ਰੋਗਰਾਮ ਜਿਹੜੇ ਚੱਲਦੇ ਸੀਗੇ ਜਿਹੜੇ ਇੱਕ ਗੱਲ ਯਾਦ ਆ ਗਈ ਜੀ ਹਾਂ ਮੈਂ ਨੌ ਵੀਰ ਦਾ ਨਹੀਂ ਲਊਂਗਾ ਪਰ ਗੱਲ ਜ਼ਰੂਰ ਕਹੂੰਗਾ ਕਿਉਂਕਿ ਇੱਕ ਗੱਲ ਹੈ ਵੀ ਜਿਹੜੀ ਦਿਲ 'ਚ ਆ ਜਾਏ ਗੱਲ ਉਹ ਰੱਖਣੀ ਨਹੀਂ ਚਾਹੀਦੀ ਕਿਉਂਕਿ ਕਿਸੇ ਨੂੰ ਚੰਗੀ ਲੱਗੇ ਚਾਹੇ ਉਹ ਮਾੜੀ ਲੱਗੇ ਅਸੀਂ 8 ਮਾਰਚ ਨੂੰ ਬਰਸੀ 'ਤੇ ਜਦੋਂ ਗਾ ਕੇ ਥੱਲੇ ਉੱਤਰੇ ਨਾ ਇੱਕ ਵੀਰ ਹੈ ਬਹੁਤ ਸਤਿਕਾਰਯੋਗ ਹੈ ਉਹਨੇ ਇੱਕ ਦੋ ਗੱਲਾਂ ਨੋਟ ਕਰੀਆਂ ਕਹਿੰਦਾ ਯਾਰ ਇੱਕ ਗੱਲ ਕਹਾਂ ਚਹਿਲ ਸਾਹਿਬ ਮੈਂ ਕੀ ਕਹਿੰਦਾ ਢੋਲ ਤਾਂ ਬੰਦ ਕਰਾਇਆ ਵੀ ਹੋਰ ਨਹੀਂ ਕਿਸੇ ਨੇ ਕਰਾਇਆ ਮੈਂ ਕਿਹਾ ਚਲੋ ਜੀ ਸਭ ਦੇ ਆਪੋ ਆਪਣੇ ਕਹਿੰਦਾ ਕਈ ਗੱਲਾਂ ਬਦਲ ਗਈਆਂ ਉਹ ਕਹਿੰਦਾ ਅੱਗੇ ਨਾ ਕਹਿੰਦੇ ਹੁੰਦੇ ਵੀ ਕਲਾਕਾਰ ਨੂੰ ਵੀ ਪੰਜਾਬੀ 'ਚ ਮਤਲਬ ਚੰਗਾ ਨਹੀਂ ਕਹਿੰਦੇ ਸੀ ਲਫ਼ਜ਼ ਤੇ ਕਹਿੰਦਾ ਹੁਣ ਉਲਟ ਕਈ ਸਰੋਤਿਆਂ 'ਚ ਹੋ ਗਿਆ ਕਈ ਜੇ ਵੀ ਅੱਗੇ ਕਲਾਕਾਰ ਨੂੰ ਕੰਜਰ ਕਹਿ ਦਿੰਦੇ ਹੁਣ ਕਹਿੰਦਾ ਅਜੇ ਕਹੀਏ ਯਾਰ ਵੀ ਇਹ ਕਈ ਸੁਣਨ ਵਾਲੇ ਸਾਰੇ ਨੀ ਬਹੁਤੇ ਸੁਣਨ ਵਾਲੇ ਉਹ ਜਿਹੇ ਹੋ ਗਏ ਕਲਾਕਾਰ ਸੁਧਰ ਗਏ ਕਹਿੰਦਾ ਮੈਂ ਗੱਲ ਤਾਂ ਇਹਨਾਂ ਦੀ ਠੀਕ ਹੈ ਜੀ ਕਿਉਂਕਿ ਜੇ ਕਲਾ ਸਰੋਤੇ ਚਾਹੁਣ ਵੀ ਇੰਨਾ ਧੂਮ ਧੜਕਾ ਨੀ ਹਾਰਟ ਅਟੈਕ ਹੋ ਜੇ ਏਡਾ ਹਾਈ ਫਾਈ ਉੱਤੇ ਹੁੰਦਾ ਕੰਨ ਪਾਈ ਨੀ ਸੁਣਦੀ ਅਸੀਂ ਜੇ ਸਟੇਜ ਤੇ ਪੈਲਸ ਚ ਗਾਈਏ 3 ਦਿਨ ਸਾਨੂੰ ਨੀ ਪਤਾ ਲੱਗਦਾ ਵੀ ਕੀ ਹੋਈ ਬਿਲਕੁਲ ਨੇੜੇ ਬੈਠ ਕੇ ਤਾਂ ਸੁਣ ਹੀ ਨੀ ਸਕਦੇ ਸੁਣ ਨੀ ਸਕਦੇ ਉਹ ਜਿਵੇਂ ਉਹ ਆਪਾਂ ਕਹਿੰਦੇ ਸੀ ਨਾ ਵੀ ਇੱਕ ਕਮੇਡੀ ਜੀ ਵਿੱਚ ਬੋਲਦੇ ਨੇ ਉਹ ਕੋਈ ਕਲਾਕਾਰ ਵਿਚਾਰੇ ਨੂੰ ਗਾਉਣ ਆਉਂਦਾ ਨੀ ਸੀਗਾ ਸਾਰੇ ਉੱਠ ਕੇ ਵਗ ਗਏ ਉਹ ਇੱਕ ਮੇਰੇ ਵਰਗਾ ਉੱਥੇ ਬੈਠਾ ਸੀਗਾ ਉਹ ਕਹਿੰਦਾ ਭਾਈ ਸਾਹਿਬ ਕਹਿੰਦਾ ਤੈਨੂੰ ਮੇਰਾ ਗਾਉਣ ਬੜਾ ਵਧੀਆ ਲੱਗਿਆ ਉਹ ਕਹਿੰਦਾ ਕਾਲੂ ਜੀ ਜਿਹੜੀ ਦਰੀ ਤੇ ਖੜਾ ਮੇਰੀ ਹੈ ਕਹਿੰਦਾ ਮੈਂ ਲੈ ਕੇ ਆਇਆ ਵੀ ਕਈ ਵਾਰੀ ਬੰਦਾ ਮਜਬੂਰ ਹੋ ਜਾਂਦਾ ਕਈ ਗੱਲਾਂ ਤੋਂ ਪਰ ਜਿਹੜੀ ਤੁਹਾਡੀ ਸਾਫ਼ ਸੁਥਰੀ ਗਾਇਕੀ ਹੈ ਪਰਿਵਾਰਕ ਗਾਇਕੀ ਹੈ ਮੈਂ ਚਾਹੁੰਦਾ ਪਰਮਾਤਮਾ ਤੁਹਾਨੂੰ ਇਸੇ ਤਰ੍ਹਾਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਵੱਡੇ ਬਜ਼ੁਰਗ ਮਾਣ ਵਾਲੀ ਗੱਲ ਹੈ ਕਈ ਬਜ਼ੁਰਗ ਕਈ
ਵਧੀਆ ਤੋਂ ਰਿਟਾਇਰ ਹੋਏ ਉਹ ਕਹਿੰਦੇ ਯਾਰ ਸਾਨੂੰ ਤੁਹਾਡੀ ਗਾਇਕੀ ਪਸੰਦ ਕਰੀ, ਸਾਨੂੰ ਜਵਾਨੀ ਜੀ ਮਹਿਸੂਸ ਹੋਣ ਲੱਗ ਜਾਂਦੀ ਜਦੋਂ ਤੁਹਾਨੂੰ ਸੁਣਦੇ, ਕਿੰਨੀ ਮਾਣ ਵਾਲੀ ਗੱਲ ਹੈ ਜੀ ਸਾਡੇ ਵਾਸਤੇ, ਹੈ ਨਾ। ਬਹੁਤ ਕਈ ਬਹੁਤ ਮਹਾਨ ਹਸਤੀਆਂ ਫੋਨ ਕਰਦੀਆਂ ਜਦੋਂ ਵੀ ਸਾਨੂੰ, ਅਸੀਂ ਯਾਰ ਸੁਣਦੇ ਹਾਂ ਤੁਹਾਨੂੰ, ਸਾਨੂੰ ਲੱਗਦਾ ਵੀ ਯਾਰ ਆਪਣੇ ਚ ਵੀ ਕੁਛ ਹੈ ਬੜਾ ਮੋਟਾ। ਵਿਆਹ ਵੇਲੇ ਉਹਨਾਂ ਦੀ ਚੱਲਦੀ ਨਹੀਂ ਦੇਖੋ, ਉਹ ਕਹਿੰਦਾ ਵੀ ਮੁੰਡਿਆਂ ਨੇ ਵਿਆਹ ਕਰਾਉਣੇ ਆ ਭਾਈ, ਇਹਨਾਂ ਦੀ ਮਰਜ਼ੀ, ਚਾਹੇ ਕਜਨ ਚਾਹੇ ਜਮਾਨਾ ਬਦਲੂਗਾ ਜੀ, ਹੁਣ ਆਊਗਾ ਜਦੋਂ ਸਾਡਾ ਵੀ ਆਊਗਾ। ਨਹੀਂ ਬਿਲਕੁਲ, ਪਰਮਾਤਮਾ ਕਰੇ ਜਿਹੜਾ ਪੁਰਾਣਾ ਯੁੱਗ ਹੈ ਕੋਠੇ ਤੇ ਸਪੀਕਰ ਹੋਵੇ ਜਿਵੇਂ ਦੁਬਾਰਾ ਫੇਰ ਲੱਗਣ, ਤੇ ਜਿਹੜਾ ਯੁੱਗ ਹੈਗਾ ਪੁਰਾਣਾ ਯੁੱਗ ਹੈਗਾ ਲੋਕ ਪਰਤ ਰਹੇ ਨੇ ਪੁਰਾਣੇ ਯੁੱਗ ਨੂੰ, ਤੇ ਉਹੀ ਕੁੜਤੇ ਪਜਾਮੇ, ਉਹੀ ਸਭ ਕੁਛ, ਉਹੀ ਰੀਤੀ ਰਿਵਾਜ, ਉਹੀ ਘਰਾਂ ਦੇ ਵਿੱਚ ਟੈਂਟ ਕਨਾਤਾਂ ਦੀਵਾਰੀਆਂ ਦੁਬਾਰੇ ਫੇਰ ਲੱਗਣਗੀਆਂ। ਤੇ ਇਹ ਦਿਲ ਦੀਆਂ ਕਾਮਨਾਵਾਂ ਕਰਦਾ ਹੋਇਆ ਮੈਨੂੰ ਦੇ ਇਜਾਜ਼ਤ, ਬਲਵਿੰਦਰ ਸਿੰਘ ਧਾਲੀਵਾਲ, ਸਤਿ ਸ਼੍ਰੀ ਅਕਾਲ।